ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਦੀ ਮੱਝ ਸੇਲ ਲਈ ਲੈ ਕੇ ਆਏ ਜੀ। ਜਿਸ ਘਰ 'ਚ ਬਾਈ ਵੀਡੀਓ ਬਣਾ ਰਹੇ ਹਾਂ ਵੀਰ ਦੇ, ਘਰੇਲੂ ਪਸ਼ੂ ਰੱਖੇ ਹੋਏ ਆ, ਕੋਈ ਵਪਾਰ ਦਾ ਕੰਮ ਨਹੀਂ, ਆਓ ਪੁੱਛ ਲੈਂਦੇ ਹਾਂ ਬਾਈ ਤੁਹਾਡੇ। ਆ ਜਿਓ ਬਾਈ ਜੀ। ਬਾਈ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ? ਵਧੀਆ। ਹਾਂਜੀ ਹਾਂ, ਓਕੇ ਵਧੀਆ ਜੀ। ਨਾਮ ਅਤੇ ਐਡਰੈਸ ਬੋਲ। ਨਾਮ ਜੀ, ਨਾਮ ਜੀਵਨ ਸਿੰਘ ਆ, ਪਿੰਡ ਘੰਡਾ ਬੰਨਾ ਗਾ, ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਗਾ ਆਪਣਾ, ਤਹਿਸੀਲ ਬਾਈ, ਤਹਿਸੀਲ ਫੂਲ ਆ ਜੀ। ਨੇੜੇ ਪਿੰਡ ਕਿਹੜਾ ਰਹਿੰਦਾ? ਨੇੜੇ ਪਿੰਡ ਸੰਧੂ ਖੁਰਦ ਵੀ ਆ ਜੀ, ਤੇ ਧਵਾਲੀ ਵੀ ਆ। ਧਵਾਲੀ ਵੀ ਆ। ਮੋਬਾਈਲ ਨੰਬਰ ਬੋਲ ਦਿਓ। ਮੋਬਾਈਲ 7788-2137। ਠੀਕ ਆ ਬਾਈ। ਬਾਈ ਜਿਹੜੀ ਇਹ ਮੱਝ ਦੇਣੇ, ਕਿਹੜਾ ਸੂਆ ਹੁੰਦੀ ਹੈ? ਇਹ ਸੂਆ ਜੀ ਤੀਜਾ ਗਾ, ਕਿੰਨੇ ਦਿਨ ਲੈਂਦੀ ਹੈ ਬਾਈ? ਦਿਨ ਬਸ ਪੂਰੇ ਆ ਜੀ, ਕੱਲ ਤੋਂ 18 ਤਰੀਕ ਤੋਂ ਦਿਨ ਪੂਰੇ ਆ, ਇੱਕ ਦੋ ਦਿਨ ਉੱਤੇ ਲੈ ਜਾਂਦੀ ਹੈ ਇਹ। ਠੀਕ ਆ ਬਾਈ। ਕੀ ਰਿਕਾਰਡ ਆ ਦੁੱਧ ਦਾ ਬਾਈ? ਰਿਕਾਰਡ ਜੀ 12 ਲੀਟਰ ਦੁੱਧ ਦਿੰਦੀ ਹੈ। 12 ਲੀਟਰ। ਠੀਕ ਆ ਬਾਈ। ਥਣ ਨੇੜ ਤੋਂ ਚੈੱਕ ਕਰਵਾਉਂਦੇ ਹਾਂ, ਕੱਲਾ ਕੱਲਾ ਥਣ ਆਰਡਰ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਹੈ, ਕੱਚੀ ਕੱਚੀ ਆ ਬਾਈ, ਕਹਿੰਦਾ 2 ਕੁ ਦਿਨ ਲਊਗੀ, 2 ਤੋਂ 2 4 ਵੀ ਲਿਜਾ ਸਕਦੀ ਆ ਬਾਈ, ਉਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ, ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਆ, ਦੁੱਧ ਦਾ ਰਿਕਾਰਡ ਚੰਗਾ। ਖੋਲ ਲਾ ਬਾਈ, ਤੋੜ ਕੇ ਦਿਖਾ ਦੇ। ਠੰਡੀ ਸੀਲ ਆ ਬਾਈ? ਹਾਂ ਹਾਂ ਬਾਈ, ਓਕੇ ਆ ਜਮਾ। ਆਪਣੇ ਤਾਂ ਘਰ ਦੀ ਹੋਈ ਆ ਹਨਾ? ਹਾਂ, ਘਰ ਦੀ ਮੱਝ ਆ ਗਈ, 2 ਸੂਏ ਆਪਾਂ ਆਪ ਚੋਈ ਆ ਗਈ। ਠੀਕ ਆ। ਦੁੱਧ ਇਹ ਕਿ ਫਿਰ ਜ਼ਿਆਦਾ ਪਸ਼ੂ ਹੋਣ ਕਰਕੇ ਠੀਕ ਆ, ਵਿੱਚ ਨਹੀਂ ਪਈ। ਪਸ਼ੂਆਂ ਦੀ ਗਿਣਤੀ ਬਾਈ ਕੋਲੇ ਜ਼ਿਆਦੇ ਆ ਬਾਈ, ਕਈ ਪਸ਼ੂਆਂ ਮਗਰ ਝੋਟੀਆਂ ਤਿਆਰ ਹੋ ਗਈਆਂ ਬਾਈ, ਕਹਿੰਦਾ ਤਾਂ ਕਰਕੇ ਝੋਟੀ ਆਪਾਂ ਜਿਹੜੀ ਮੱਝ ਝੋਟੀਆਂ 1000 ਰੁਪਏ ਦਾ ਟੀਕਾ ਭਰਾਇਆ ਪੂਰਾ ਚੰਗਾ ਵਧਗਾ ਮੱਝ ਠੀਕ ਦੇ। ਆ ਇਹਦੇ ਹੈ? ਹਾਂਜੀ ਠੀਕ ਆ ਬਾਈ। ਚੰਗੇ ਟੀਕੇ ਦੋ ਕਰਮ ਵਾਲੀ ਗੱਭਣ ਆ ਬਾਈ, ਕੱਦ ਚੰਗਾ, ਚੰਗੀ ਆ, ਪਲੀ ਵੀ ਆ, ਰਾਜੀ ਆ। ਆਰਡਰ ਦੇਖੋ, ਆਰਡਰ ਬਹੁਤ ਕਮਾਲ ਦਾ ਤੋਰਾ ਚੰਗਾ, ਬੜੀ ਲੰਮੀ ਜੀ ਤੋਰ ਦੇ ਬਾਈ। ਮੁੱਲ ਕੀ ਆ ਵੀਰੇ ਜਾਇਜ ਦਾ? ਮੁੱਲ 1-10 ਆ ਵੀਰੇ। ਮਾਨਤਾਨ ਹੋ ਜੂ? ਹਾਂਜੀ ਮਾਨਤਾਨ ਹੋ ਜੂਗਾ। ਹਾਂ ਹਾਂ ਠੀਕ ਆ ਬਾਈ। 1,10,000 ਰੁਪਇਆ ਮੁੱਲ ਆ, ਮਾਨਤਾਨ ਮੌਕੇ ਤੇ ਜ਼ਰੂਰ ਹੋ ਜੂਗਾ। ਚੰਗੀ ਆ, ਪਲੀ ਵੀ ਆ, ਮੱਝ ਦੁੱਧ ਦਾ ਰਿਕਾਰਡ ਚੰਗਾ, ਥਾਣ ਬਹੁਤ ਚੰਗਾ। ਚਵਾਈ ਕਿਵੇਂ ਸੀ ਭਰਾ? ਚਵਾਈ ਜਮਾ ਓਕੇ ਆ ਜੀ, ਪੋਲੀ ਆ ਪੂਰੀ ਵਧਗਾ, ਐਨ ਗੰਨੇ ਵਰਗੀ ਧਾਰ ਆ। ਠੀਕ ਆ ਬਾਈ। ਉਹ ਕਿੱਲੇ ਤੇ ਬਾਂਧੇ ਤੇ ਕਿਸੇ ਵੀਰ ਨੂੰ ਬਾਈ ਮੱਝ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ।